ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਵਧੀਆ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਫਰੀਦਕੋਟ ਦੇ ਅਮਰ ਆਸ਼ਰਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਾਈ ਭਾਗੋ ਵਿਦਿਆ ਸਕੀਮ ਤਹਿਤ 250 ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਗਈ। ਜ਼ਿਕਰਯੋਗ ਹੈ ਕਿ ਹੁਣ ਤੱਕ ਫਰੀਦਕੋਟ ਜ਼ਿਲ੍ਹੇ ਅੰਦਰ ਮਾਈ ਭਾਗੋ ਸਕੀਮ ਤਹਿਤ ਸਾਈਕਲਾਂ ਦੀ ਵੰਡ 2.5 ਕਰੋੜ ਰੁਪਏ ਖਰਚ ਆ ਚੁੱਕੇ ਹਨ। ਇਸ ਮੌਕੇ ਸਾਈਕਲ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਹਨਾਂ ਨੂੰ ਹੁਣ ਸਕੂਲ ਤੋਂ ਲੇਟ ਨਹੀਂ ਹੋਣਾ ਪਵੇਗਾ। ਉਹਨਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਹੁਣ ਉਹਨਾਂ ਦੇ ਪ੍ਰਵਾਹ ਕਰਦੇ ਹੋਏ ਉਹਨਾਂ ਨੂੰ ਸਾਈਕਲ ਮੁਹੱਈਆ ਕਰਵਾਏ ਹਨ, ਉਸੇ ਤਰ੍ਹਾਂ ਹੀ ਜਦੋਂ ਉਹ ਵੱਡੇ ਹੋ ਜਾਣਗੇ ਤਾਂ ਉਸ ਨੂੰ ਨੌਕਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਦੇ ਤਹਿਤ 250 ਬੱਚਿਆਂ ਨੂੰ ਸਾਈਕਲ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਵਿਦਿਅਕ ਸੈਸ਼ਨ 2016-17 ਦੌਰਾਨ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਫਰੀਦਕੋਟ ਅੰਦਰ 2250 ਸਾਈਕਲ ਮੁਹੱਈਆ ਕਰਵਾਏ ਜਾਣਗੇ। ਮੈਂ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਬਹੁਤ ਸਾਰੇ ਗਰੀਬ ਬੱਚੇ ਬਿਨਾਂ ਸਾਈਕਲ ਤੋਂ ਆਉਂਦੇ ਸੀ ਇੰਨੀ ਗਰਮੀ ਦੇ ਵਿੱਚ, ਹੁਣ ਸਾਰੇ ਬੱਚਿਆਂ ਨੂੰ ਸਾਈਕਲ ਮਿਲ ਚੁੱਕੇ ਹੈ ਅਤੇ ਸਾਰੇ ਬੱਚੇ ਹੁਣ ਸਾਈਕਲਾਂ 'ਤੇ ਆਇਆ ਕਰਨਗੇ। ਪਹਿਲਾਂ ਜਿਹੜਾ ਇੰਨਾ ਟਾਈਮ ਸਾਡਾ ਵੇਸਟ ਹੁੰਦਾ ਸੀਗਾ ਤੁਰਨ 'ਤੇ, ਬੱਚੇ ਜਲਦੀ ਘਰ ਪਹੁੰਚ ਜਲਦੀ ਘਰੋਂ ਤੁਰਦੇ ਸੀਗੇ, ਪਰ ਹੁਣ ਆਪਣੇ ਟਾਈਮ ਅਨੁਸਾਰ ਘਰੋਂ ਤੁਰ ਸਕਦੇ ਆ। ਜੇਕਰ ਉਹਨਾਂ ਦਾ ਕੋਈ ਘਰ ਦਾ ਕੰਮ ਹੈ ਤਾਂ ਉਹ ਵੀ ਆਪਦਾ ਕੰਪਲੀਟ ਕਰ ਸਕਦੇ ਨੇ। ਅਤੇ ਮੈਂ ਬਾਦਲ ਸਰਕਾਰ ਨੂੰ ਕਹਿੰਦੀ ਹਾਂ ਕਿ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਬਾਰੇ ਇੰਨਾ ਸੋਚਿਆ, ਅਤੇ ਮੈਂ ਉਮੀਦ ਕਰਦੀ ਹਾਂ ਉਹ ਅੱਗੇ ਵੀ ਸਾਡੇ ਬਾਰੇ ਇੰਨਾ ਹੀ ਸੋਚਣਗੇ। ਮੈਂ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਅਸੀਂ ਲੇਟ ਹੋ ਜਾਂਦੇ ਸੀ ਸਕੂਲ ਨੂੰ, ਪੈਦਲ ਆਉਂਦੇ ਸੀਗੇ, ਕਾਫੀ ਲੇਟ ਹੋ ਜਾਂਦੇ ਸੀ, ਬਟ ਹੁਣ ਅਸੀਂ ਟਾਈਮ ਅਨੁਸਾਰ ਸਕੂਲ ਪਹੁੰਚਿਆ ਕਰਾਂਗੇ, ਸੋ ਇਸ ਲਈ ਮੈਂ ਬਾਦਲ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਸਾਡਾ ਕਹਿਣਾ ਹੈਗਾ ਜੀ ਪਹਿਲਾਂ ਤਾਂ ਅਸੀਂ ਛੇਤੀ ਆਏ, ਪਹਿਲਾਂ ਅਸੀਂ ਲੇਟ ਹੋ ਜਾਂਦੇ ਸੀ, ਹੁਣ ਅਸੀਂ ਛੇਤੀ ਆ ਜਾਂਦੇ ਹਾਂ ਅਤੇ ਅਸੀਂ ਕਰਕੇ ਸਾਈਕਲ ਵੰਡੇ ਗਏ ਹਾਂ, ਇਸੇ ਕਰਕੇ ਮੈਂ ਬਾਦਲ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਨਾਲ ਮੈਂ ਇਹ ਵੀ ਗੁਜ਼ਾਰਿਸ਼ ਕਰਦੀ ਹਾਂ ਬਾਦਲ ਸਰਕਾਰ ਨੂੰ ਕਿ ਉਹ ਸਾਡੇ ਸਾਈਕਲ ਵੰਡਣ ਦੇ ਨਾਲ ਨਾਲ ਸਾਡੀ ਪੜ੍ਹਾਈ ਅਤੇ ਨਾਲ ਜਦੋਂ ਅਸੀਂ ਵੱਡੇ ਹੋ ਜਾਈਏ ਤਾਂ ਸਾਨੂੰ ਨੌਕਰੀਆਂ ਦੀ ਵੀ ਸਹੂਲਤ ਪ੍ਰਾਪਤ ਕਰੇ। ਸੋ ਬਾਦਲ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਕਰਦੀ। ਮਾਈ ਭਾਗੋ ਸਕੀਮ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਸਰ ਸੁਖਬੀਰ ਸਿੰਘ ਬਾਦਲ ਜੀ ਨੇ ਚੀਮਾ ਸਾਹਿਬ ਦੇ ਯਤਨਾਂ ਸਦਕੇ ਚਾਲੂ ਹੈ, ਉਹਦੇ 'ਚ ਅਸੀਂ 250 ਸਾਈਕਲ ਅੱਜ ਆਪਣੇ ਜ਼ਿਲ੍ਹੇ ਦੀਆਂ ਬੱਚਿਆਂ ਨੂੰ ਵੰਡੇ ਹੈ। ਅਤੇ ਇਹ ਇੱਕ ਉਪਰਾਲਾ ਜਿਹੜਾ ਉਹ ਹੈ ਵੀ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਹੀ ਆਪਣੇ ਇਲਾਕੇ ਨੇ ਤਰੱਕੀ ਕਰਨੀ ਹੈ, ਔਰ ਬੜਾ ਗਰੀਬ ਇਲਾਕਾ ਹੋਣ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਬੜੇ ਬੱਚੇ ਸਕੂਲ ਕਾਲਜ ਨਾ ਜਾਣ ਕਰਕੇ, ਨਾ ਆਉਣ ਜਾਣ ਦੇ ਸਾਧਨ ਕਰਕੇ, ਬੱਸਾਂ ਦੇ ਰੂਟ ਉਨੇ ਨਾ ਹੋਣ ਕਰਕੇ, ਇੱਕ ਵਿਵਸਥਾ ਕਰਕੇ ਅਗਲੇ ਕਈ ਵਾਰੀ ਰਹਿ ਜਾਂਦੇ ਸੀ। ਪਰ ਪੜ੍ਹਾਈ ਸਦਕਾ ਉਹਨਾਂ ਨੂੰ ਕਰਨ ਵਾਸਤੇ, ਕਿਉਂਕਿ ਪੜ੍ਹਾਈ ਲਿਖਾਈ ਇੱਕ ਇਹੋ ਜਿਹੀ ਚੀਜ਼ ਹੈ ਜਿਨ੍ਹਾਂ ਨੇ ਸਾਡੇ ਇਹਨਾਂ ਬੱਚਿਆਂ ਨੇ ਅੱਗੇ ਆਉਣਾ, ਉਹ ਸਕੀਮ ਦਾ ਮੈਂ CM ਸਾਹਿਬ ਦਾ ਧੰਨਵਾਦ ਕਰਦਾ ਅਤੇ ਯਤਨ ਕਰਾਂਗੇ ਵੀ ਸਾਡੇ ਇਲਾਕੇ ਦਾ ਹਰ ਬੱਚਾ ਜਿਹੜਾ ਵੀ ਜਿਸ ਤਰੀਕੇ ਨਾਲ ਦੂਜੇ ਸੂਬੇ 100% ਐਜੂਕੇਸ਼ਨ 'ਤੇ ਪਹੁੰਚੇ ਆ, ਅਸੀਂ ਵੀ ਪਹੁੰਚਾਂਗੇ। ਦੇਖੋ, ਨੌਕਰੀਆਂ ਦੀ ਜਿਹੜੀ ਅਸਲੀਅਤ ਹੈ ਵੀ ਜਿੰਨੀਆਂ ਪੰਜਾਬ ਸਰਕਾਰ ਨੇ ਇਸ ਵਾਰੀ ਨੌਕਰੀਆਂ ਕੱਢੀਆਂ, ਨੌਕਰੀਆਂ ਤੁਸੀਂ ਪਿਛਲੇ ਸਾਲਾਂ ਦੇ ਅੰਕੜੇ ਮੈਂ ਸਹੀ ਕਰਕੇ ਤੁਹਾਨੂੰ ਫਿਰ ਕਿਸੇ ਵੇਲੇ ਦੱਸ ਦੂੰਗਾ। ਅੱਜ ਪੁਲਿਸ 'ਚ ਨੌਕਰੀਆਂ, ਅੱਜ ਐਕਸਾਈਜ਼ ਮਹਿਕਮੇ 'ਚ ਨੌਕਰੀਆਂ, ਅੱਜ ਐਜੂਕੇਸ਼ਨ ਦੇ ਡਿਪਾਰਟਮੈਂਟ ਨੌਕਰੀਆਂ, ਅੱਜ ਹੋਰ ਨੌਕਰੀਆਂ ਕੱਢੀਆਂ। ਪ੍ਰੋਬਲਮ ਕੀ ਹੈ ਵੀ ਅੱਜ ਲੋਕਾਂ ਨੂੰ ਜਾਗਰਤੀ ਜ਼ਿਆਦਾ, ਇਸ ਕਰਕੇ ਨੌਕਰੀਆਂ ਦੀ ਮੰਗ ਹੈ ਜੋ ਜਾਇਜ਼ ਹੈ, ਲੇਕਿਨ ਅਸੀਂ ਆਪਣੇ ਇੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਖੁਲਵਾ ਰਹੇ ਹਾਂ। ਫਰੀਦਕੋਟ 'ਚ ਵੀ ਇੱਕ ਹੁਨਰ ਵਿਕਾਸ ਕੇਂਦਰ ਬਹੁਤ ਜਲਦੀ ਖੁੱਲ੍ਹ ਰਿਹਾ ਜਿੱਥੇ 60-60 ਬੱਚਿਆਂ ਦੀਆਂ ਲੜਕੀਆਂ ਨੂੰ ਟ੍ਰੇਨਿੰਗ ਦਵਾਈ ਜਾਊਗੀ। ਤਕਰੀਬਨ ਮੈਂ ਆਪਣੇ ਹਲਕੇ ਦੇ ਵਿੱਚ 2000 ਤੋਂ ਜ਼ਿਆਦਾ ਲੜਕੀਆਂ ਨੂੰ ਟ੍ਰੇਨਿੰਗ ਦਵਾ ਕੇ ਸਿਖਲਾਈ ਮਸ਼ੀਨ ਜਾਂ ਉਹਨਾਂ ਨੂੰ ਬਿਊਟੀ ਪਾਰਲਰ ਦੀ ਕਿੱਟ ਜਾਂ ਉਹਨਾਂ ਨੂੰ ਜਿਹੜਾ ਕੋਈ ਹੋਰ ਜ਼ਰਾਏ ਉਹਨਾਂ ਨੇ ਕਰਨਾ ਸੀ ਉਹਦਾ ਸਮਾਨ ਦਵਾ ਚੁੱਕੇ ਹਾਂ। 3-3, 4-4 ਮਹੀਨਿਆਂ ਦੀ ਟ੍ਰੇਨਿੰਗ ਨਾਲ ਉਹਨਾਂ ਨੂੰ ਜਿਹੜਾ ਉਹਦਾ ਭੱਤਾ ਉਹ ਵੀ ਦਵਾਇਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਡੇ ਸਿੱਖਿਆ ਮਹਿਕਮੇ ਦੇ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਦੇ ਯਤਨਾਂ ਸਦਕਾ ਇਹ ਮਾਈ ਭਾਗੋ ਸਕੀਮ ਦੇ ਤਹਿਤ ਅੱਜ 250 ਸਾਈਕਲ ਹੈ ਜਿਹੜੇ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਾਡੀਆਂ ਉਹ ਲੜਕੀਆਂ ਜਿਹੜੀਆਂ +1 ਅਤੇ +2 ਦੇ ਵਿੱਚ ਹਨ ਉਹਨਾਂ ਨੂੰ ਅਸੀਂ ਵੰਡੇ ਹੈ, ਔਰ ਤਾਂ ਜੋ ਉਹ ਸਕੂਲ ਆਉਣ ਜਾਣ ਵਾਸਤੇ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਦਿੱਕਤ ਨਾ ਆਵੇ। ਇਹ ਬਹੁਤ ਵੱਡਾ ਸਰਕਾਰ ਦਾ ਜਿਹੜਾ ਉਪਰਾਲਾ ਹੈ। ਇਸ ਦੇ ਨਾਲ ਨਾਲ ਇਕੱਲੇ ਇਸ ਖੇਤਰ ਵਿੱਚ ਹੀ ਨਹੀਂ, ਬੱਚਿਆਂ ਦੀ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹੇ ਆ ਉਹ ਜਿਨ੍ਹਾਂ ਦੇ 85% ਤੋਂ ਵੱਧ ਨੰਬਰ ਹੈਗੇ ਆ ਉਹਨਾਂ ਵਾਸਤੇ ਅਸੀਂ ਮੈਰੀਟੋਰੀਅਸ ਸਕੂਲ ਵੀ ਜਿਹੜੇ ਹੈਗੇ ਆ ਉਹ ਅੰਮ੍ਰਿਤਸਰ ਸਾਹਿਬ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡੇ ਖੋਲ੍ਹੇ ਆ ਜਿੱਥੇ ਬੱਚਿਆਂ ਨੂੰ ਸਾਰੀ ਐਜੂਕੇਸ਼ਨ ਜਿਹੜੀ ਉਹ ਫ੍ਰੀ ਦਿੱਤੀ ਜਾਂਦੀ ਹੈ ਅਤੇ ਰਹਿਣ ਦਾ ਖਰਚਾ ਵੀ ਜਿਹੜਾ ਉਹ ਫ੍ਰੀ ਦਿੱਤਾ ਜਾਂਦਾ ਹੋਸਟਲ ਦੇ ਵਿੱਚ। ਅਕਸਰ ਫਰੀਦਕੋਟ ਤੋਂ ਜੋ ਆਮ ਆਦਮੀ ਪਾਰਟੀ ਦੇ ਕਿੰਗਰਾਜ ਉਹਨਾਂ ਨੇ ਰਾਤ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਤੋਂ, ਨੀਤੀਆਂ ਤੋਂ ਨਾਰਾਜ਼ ਹੋ ਗਏ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਇਹ ਤਾਂ ਉਹ ਉਸ ਪਾਰਟੀ ਦੇ ਵਿੱਚ ਹੀ ਸਨ, ਬੜੇ ਸੀਨੀਅਰ ਅਫਸਰ ਰਹੇ ਆ ਉਹ,
ਸੈਂਟਰ ਦੇ ਵਿੱਚ ਵੀ ਉਹ ਸੈਕਟਰੀ ਰੈਂਕ ਦੇ ਉੱਤੇ ਰਹੇ ਆਈ ਐਫ ਐਸ ਐਫ ਰਿਟਾਇਰਡ ਹੋਏ ਆ ਅਤੇ ਬੜਾ ਇਹ ਉਹਨਾਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਸੀ ਜਿਹੜੀ ਆਮ ਆਦਮੀ ਪਾਰਟੀ ਨੇ ਪਾਈ ਸੀਗੀ ਅਤੇ ਜੇ ਕੁਛ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਕਮੀਆਂ ਨਜ਼ਰ ਆਈਆਂ ਜਿਹੜੀਆਂ ਆਪਾਂ ਅਖਬਾਰਾਂ ਦੇ ਵਿੱਚ ਵੀ ਵੇਖਣ ਨੂੰ ਆਮ ਪੜ੍ਹਦੇ ਹਾਂ ਕਿਉਂਕਿ ਇਹ ਹੁਣ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਲੀਡਰ ਸਾਹਿਬਾਂ ਦੇ ਅੱਗੇ ਲਿਆਉਣ ਲੱਗ ਗਏ ਅਤੇ ਇਹ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਆਦਮੀ ਉਸ ਜਿਹੜੀ ਪਾਰਟੀ ਹੈ ਉਸ ਪਾਰਟੀ ਦਾ ਕੀ ਵਜੂਦ ਹੈ ਜਾਂ ਉਸ ਜਿਹੜੇ ਆਗੂ ਸਾਹਿਬਾਨ ਹੈ ਉਹਨਾਂ ਦਾ ਕੀ ਵਜੂਦ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹੋਰ ਪਤਾ ਲੱਗੇਗਾ ਅਤੇ ਜਿਹੜੀ ਪਾਰਟੀ ਨੇ ਕਦੇ ਰਾਜ ਹੀ ਨਹੀਂ ਕੀਤਾ ਅਤੇ ਉਹ ਆਪਣੇ ਮੁਲਕ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੀ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਇਹਨਾਂ ਤੋਂ ਬਚੀਏ ਔਰ ਆਪਾਂ ਸ਼੍ਰੋਮਣੀ ਅਕਾਲੀ ਦਲ ਬੀ ਜੇ ਪੀ ਜਿਹਨੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਿਹੜੀ ਚੋਣ ਲੜ ਰਹੀ ਹੈ ਆਪਾਂ ਉਸ ਨੂੰ ਅੱਗੇ ਲਿਆਈਏ ਅਤੇ ਪੰਜਾਬ ਨੂੰ ਬਚਾਈਏ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।